ਨਾ ਕੋਈ ਪੱਕੀ ਰੈਜ਼ੀਡੈਂਸ ਬਣੀ 24/7 ਆ ਦੇਖ ਫਰਾਰ ਕੁੜੇ ਤੇ ਓਏ ਗਾਇਸ ਕੀ ਹਾਲ ਚਾਲ ਸਭ ਤੋਂ ਸਾਰੇ ਵਧੀਆ ਹੋਵਾਂਗੇ ਯੂ ਐਂਡ ਮਿਰਰ ਗੁਰਵੀ ਸਰਾਓ ਜਗਦੀਪ ਪਰਫੈਕਟ ਪਰਫੈਕਟ ਦਾ ਮਿਊਜ਼ਿਕ ਹੋ ਗਿਆ ਯਾ ਹੰਗਰੀ ਮੈਨ ਡਿਜ਼ਾਈਨਸ ਲਿਰਿਕਸ ਕੰਪੋਜੀਸ਼ਨ ਜਗਦੀਪ ਸਰਾਓ ਡਰੀਮ ਕੈਸਲ ਮੀਡੀਆ ਦਾ ਡੇ ਮਾਰਕੀਟਿੰਗ ਡਿਜੀਟਲ ਵਰਕ ਐਂਡ ਆਊਟ ਸਾਈਡ ਮਿਊਜ਼ਿਕ ਗੁਰਵੀ ਲਿਰਿਕਸ ਜਗਦੀਪ ਹੋਰਾਂ ਦੇ ਹੈ ਨਾ ਲੈਟਸ ਚੈੱਕ ਇਟ ਸੈਡ ਵਾਈਬ ਲੱਗ ਰਿਹਾ ਆ ਜਿਹੜੀ ਸਟਾਰਟਿੰਗ ਸੈਂਪਲ ਜਿਹਾ ਕੀਤਾ ਹੋਇਆ ਨਾ ਇਹ ਸੈਂਪਲ ਹੈ ਐਵੇਂ ਕਿਸੇ ਸਾਊਥ ਇੰਡੀਅਨ ਫਿਲਮ ਦੀ ਵਾਈਬ ਦਿਲਾ ਰਿਹਾ ਨਾ ਬੜਾ ਮਿੱਠਾ ਬੋਲਦਾ ਏ ਕਿ ਮੇਰੇ ਵਰਗਾ ਨਹੀਂ ਕੋਈ ਇੰਨੀ ਨੇੜੇ ਰਹਿ ਕੇ ਵੀ ਮੈਨੂੰ ਤੇਰੀ ਪਰਖ ਨਹੀਂ ਹੋਈ ਓਏ ਹੋਏ 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 ਪੂਰਾ ਜੱਜ ਲਈ ਵੇ ਤੇ ਪੂਰਾ ਬਬਲੀ ਵੇ ਨਿਗਾਹ ਅੰਦਰ ਤੱਕ ਮਾਰੀ ਪਤਾ ਡਾਡਾ ਜਾ ਲੱਗ ਜੂ ਸ਼ੀਸ਼ੇ ਨੇ ਨਹੀਂ ਦੱਸਣਾ ਕਿੰਨਾ ਸੋਹਣਾ ਵੇ ਸੱਜਣਾ ਕਿਸੇ ਦਿਲ ਵਿੱਚ ਵਸ ਕੇ ਵੇਖ ਲਵੀ ਅੰਦਾਜ਼ਾ ਜਾ ਲੱਗ ਜੂ ਸ਼ੀਸ਼ੇ ਨੇ ਨਹੀਂ ਦੱਸਣਾ ਕਿੰਨਾ ਸੋਹਣਾ ਵੇ ਸੱਜਣਾ ਕਿਸੇ ਦਿਲ ਵਿੱਚ ਵਸ ਕੇ ਵੇਖ ਲਵੀ ਅੰਦਾਜ਼ਾ ਜਾ ਲੱਗ ਜੂ ਅਸੀਂ ਪੋਲੇ ਪਾਲੇ ਵੇ ਤੂੰ ਗੱਲੀ ਲਾ ਲੈ ਵੇ ਓਏ ਹੋਏ ਦਿਲ ਜਾ ਤੋੜ ਦਿਨੈ ਸਾਡੇ ਕਰਮ ਹੀ ਮਾੜੇ ਵੇ ਪਤਾ ਨਹੀਂ ਸਹੀ ਗੱਲ ਆ ਇਹ ਤਾਂ ਕਦੀ ਕਦੀ ਤਾਂ ਲੱਗਦਾ ਹੁੰਦਾ ਪਰ ਫਿਰ ਕਦੀ ਕਦੀ ਇੱਦਾਂ ਫੀਲ ਹੁੰਦਾ ਯਾਰ ਆਪਣੀ ਕਿਆ ਗਲਤੀ ਆ ਦੇ ਆਰ ਲੂਜ਼ਿੰਗ ਅਸ ਆਪਾਂ ਤਾਂ ਕੁਛ ਗਲਤ ਨਹੀਂ ਨਾ ਕਰ ਰਹੇ ਉਹਨਾਂ ਨੂੰ ਲੱਗ ਰਿਹਾ ਕੋਈ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਸਭ ਤੋਂ ਵਧੀਆ ਖੁਸ਼ ਰੱਖ ਸਕਦਾ ਤਾਂ ਬਾਈ ਇੰਜੋਏ ਕੀ ਕਹਿ ਸਕਦੇ ਹੁਣ ਆਪਾਂ ਹੈਨਾ ਜੇ ਪਰਖਾਂ ਕਰਦਾ ਏ ਸਾਨੂੰ ਪੂਰਾ ਪਰਖੀ ਵੇ ਪੱਕਾ ਬਲ ਚਲ ਜਾ ਹੋਣਾ ਪਤਾ ਸਾਡਾ ਵੀ ਲੱਗ ਜੂ ਸ਼ੀਸ਼ੇ ਨੇ ਨਹੀਂ ਦੱਸਣਾ ਕਿੰਨਾ ਸੋਹਣਾ ਵੇ ਸੱਜਣਾ ਕਿਸੇ ਦਿਲ ਵਿੱਚ ਵਸ ਕੇ ਵੇਖ ਲਵੀ ਅੰਦਾਜ਼ਾ ਜਾ ਲੱਗ ਜੂ ਸ਼ੀਸ਼ੇ ਨੇ ਨਹੀਂ ਦੱਸਣਾ ਕਿੰਨਾ ਸੋਹਣਾ ਵੇ ਸੱਜਣਾ ਕਿਸੇ ਦਿਲ ਵਿੱਚ ਵਸ ਕੇ ਵੇਖ ਲਵੀ ਅੰਦਾਜ਼ਾ ਜਾ ਲੱਗ ਜੂ ਕਿੰਨਾ ਪਿਆਰਾ ਹੈ ਯਾਰ ਕਿੰਨੇ ਸਹੀ ਤਰੀਕੇ ਨਾਲ ਲਿਰਿਕਸ ਲਿਖੇ ਨਾ ਜਗਦੀਪ ਬਾਈ ਨੇ ਲਾਈਕ ਜਿਵੇਂ ਕਿ ਹੁੰਦੇ ਆ ਅੰਦਰੋਂ ਇੱਕ ਵਾਈਬ ਜਿਹੀ ਆ ਜਾਂਦੀ ਸੈਡ ਬੰਦੇ ਨੂੰ ਮਤਲਬ ਪੂਰੀ ਖਤਰਨਾਕ ਦਿਲ ਟੁੱਟਿਆ ਜਾਂ ਕੁਛ ਇਸ ਤਰੀਕੇ ਨਾਲ ਉਹ ਤੋਂ ਗੱਲ ਹੈ ਇਹ ਇੰਸਪਾਇਰ ਵੀ ਹੋ ਸਕਦੀ ਬਸ ਬੰਦਾ ਕਿਸੇ ਨੇ ਤਰੀਕੇ ਨਾਲ ਜਿਵੇਂ ਹੁਣ ਸਪੋਜ਼ ਕਰੋ ਬੰਦਾ ਕਿਸੇ ਨੂੰ ਲਾਈਕ ਕਰਦਾ ਹੈ ਨਾ ਉਹਦਾ ਗੱਲ ਨਹੀਂ ਬਣੀ ਬਟ ਉਹ ਇੱਕ ਫੀਲ ਹੁੰਦੀ ਹੈ ਨਾ ਅੰਦਰ ਕਿ ਹਾਂ ਯਾਰ ਆਹ ਚੀਜ਼ ਮੈਂ ਇਸ ਇਨਸਾਨ ਨੂੰ ਕਹਿਣੀ ਆ ਉਹ ਕਹੀ ਗਈ ਆ ਕਿਸੇ ਦਿਲ ਵਿੱਚ ਵਸ ਕੇ ਵੇਖ ਲਵੀ ਅੰਦਾਜ਼ਾ ਜਾ ਲੱਗ ਜੂ ਅੱਛਾ ਇੱਕ ਤਰੀਕੇ ਇਹ ਗਾਣਾ ਐਕਚੁਅਲ ਚ ਕੁੜੀ ਵੱਲੋਂ ਆ ਮੁੰਡੇ ਨੂੰ ਓਕੇ ਸ਼ੀਸ਼ੇ ਨੇ ਨਹੀਂ ਦੱਸਣਾ ਕਿੰਨਾ ਸੋਹਣਾ ਵੇ ਸੱਜਣਾ ਕਿਸੇ ਦਿਲ ਵਿੱਚ ਵਸ ਕੇ ਵੇਖ ਲਵੀ ਫਲੋ ਨਹੀਂ ਟੁੱਟਣ ਦਿੱਤਾ ਪੂਰੇ ਗਾਣੇ 'ਚ ਇੱਕ ਚੀਜ਼ ਜਿਹੜੀ ਸਭ ਤੋਂ ਘੈਂਟ ਲੱਗੀ ਹੋਈ ਫਲੋ ਨਹੀਂ ਟੁੱਟਣ ਦਿੱਤਾ ਆਰ ਪੀ ਜੀ ਏਟ ਵਾਈਬ ਜਿਹਾ ਗਿਟਾਰ ਚੱਲ ਰਿਹਾ ਸੀਗਾ ਠੀਕ ਹੈ ਐਫਰੋ ਬੀਟ ਸੀਗੀ ਅਤੇ ਇਹ ਚੀਜ਼ ਨਾ ਬੜੀ ਹੈਗੀ ਆ ਲਾਈਕ ਜਿਹੜਾ ਹੁੰਦਾ ਨਾ ਕਿ ਫਲੋ ਨਹੀਂ ਟੁੱਟਣ ਦੇਣਾ ਬੜੇ ਤਰੀਕੇ ਨਾਲ ਗਾਣਾ ਚੱਲੀ ਜਾਣਾ
ਇਹ ਚੀਜ਼ਾਂ ਕਲਿੱਕ ਕਰਦੀਆਂ ਨੇ, ਇਹ ਲੋਕਾਂ ਨੂੰ ਛੇਤੀ ਵਧੀਆ ਲੱਗਦੀਆਂ, ਅਤੇ ਨਾਲੇ ਇਹ ਜਿਹੜੇ ਗਾਣੇ ਹੁੰਦੇ ਨੇ ਇਹ ਥੋੜ੍ਹੇ ਰਿਵੈਂਜ ਟਾਈਪ ਜਿਹਾ, ਥੋੜ੍ਹਾ ਜਿਹਾ ਤਾਨਾ ਜਿਹਾ ਨਹੀਂ ਮਾਰਨਾ ਹੁੰਦਾ, ਤਾਨੇ ਜੇ ਮਾਰਨ ਵਾਲੀ ਬੀਟ ਹੁੰਦੀ ਹੈ ਐਫਰੋ, ਠੀਕ ਹੈ, ਜਦੋਂ ਆਪਾਂ ਸੈਡ ਗਾਣਾ ਆ ਉਹ 'ਤੇ ਕਰੀਏ ਤਾਂ ਉਸ ਤਰੀਕੇ ਨਾਲ, ਨਾਈਸ ਕੰਬੋ, ਯੂ ਵਿਲ ਗੋ ਅਹੈਡ, ਠੀਕ ਹੈ, ਤੁਹਾਡੀ ਵੋਕਲ ਬਹੁਤ ਪਿਆਰੀ ਹੈ, ਠੀਕ ਆ, ਤੁਹਾਨੂੰ ਮਿਊਜ਼ਿਕ ਦੇ ਉੱਤੇ ਤੈਰਨਾ ਆਉਂਦਾ ਵੀਰੇ ਤੇਰੀ ਵੋਕਲ ਨੂੰ, ਸੱਚੀ ਗੱਲ ਦੱਸਾਂ, ਕਿਉਂਕਿ ਮਿਊਜ਼ਿਕ ਸੀਗਾ ਆਲਮੋਸਟ ਸੇਮ ਲੂਪ ਦੇ ਵਿੱਚ ਚੱਲ ਰਿਹਾ ਸੀ ਕਿਤੇ ਨਾ ਕਿਤੇ, ਠੀਕ ਹੈ, ਬਹੁਤ ਘੱਟ ਡਰੋਪਸ ਐਂਡ ਬਹੁਤ ਜ਼ਿਆਦਾ ਚੇਂਜ ਨਹੀਂ ਹੋਇਆ ਮੁਝੇ ਕਿਤੇ, ਪਰ ਤੁਹਾਡੀ ਵੋਕਲ ਨੇ ਬਹੁਤ ਸੋਹਣਾ ਕੰਮ ਕਰਕੇ ਰੱਖਿਆ, ਲਿਰਿਕਸ ਤਾਂ ਹੈ ਹੀ ਕਹਿਣ ਸੀਗਾ, ਸਤਿ ਸ਼੍ਰੀ ਅਕਾਲ।